ਗੁਰ ਕਹੈ ਉਠੋ ਮੇਰੇ ਭਾਈ, ਬਹਿ ਜਾਏ ਕੁਸਰ ਬਗਲਾਰੇ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਝੁਣ ਕੱਢੇ ਲੱਦੋ ਵਾਰੇ। ਉਹ ਅੱਗੇ ਪਿੱਛੇ ਬਹਿ ਮੂੰਹ ਛੁਪਾਏ ਹਨ, ਨਾ ਲੜਨੀ ਖੋਟਿਆਰੇ। ਉਹਨਾਂ ਦਾ ਭਾਕ ਸੋ ਉਥੈ ਨਾਹੀ, ਜਾਏ ਕੂੜ ਲਹਿਣ ਭੇਡਾਰੇ। ਜੈਸਾ ਜੇ ਸਾਕਤ ਨਰ ਖਵਾਈਐ ਲੋਚੀਐ, ਬਿਖ ਕੱਢੈ ਮੁਖ ਉਗਲਾਰੇ। ਹਰ ਸਾਕਤ ਸੇਤੀ ਸੰਗ ਨਾ ਕਰੀਓ, ਉਹ ਮਾਰੇ ਸਿਰਜਨਹਾਰੇ। ਜਿਸਕਾ ਇਹ ਖੇਲ ਸੋਈ ਕਰ ਵੇਖੈ, ਜਨ ਨਾਨਕ ਨਾਮ ਸਮਾਰੇ। ਮਹਿਲਾ ਚੌਥਾ, ਸਤਿਗੁਰ ਪੁਰਖ ਅਗੰਮ ਹੈ, ਜਿਸ ਅੰਦਰ ਹਰ ਉਰ ਧਾਰਿਆ। ਸਤਿਗੁਰੂ ਨੂੰ ਅੱਪੜ ਕੋਈ ਨਾ ਸਕੀ, ਜਿਸ ਵੱਲ ਸਿਰਜਨ ਹਾਰਿਆ। ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ, ਜਿਤ ਕਾਲ ਕੰਟਕ ਮਾਰ ਬਿਡਾਰਿਆ। ਸਤਿਗੁਰੂ ਕਾ ਰੱਖਣ ਹਾਰਾ ਹਰ ਆਪ ਹੈ, ਸਤਿਗੁਰੂ ਕੈ ਪਿੱਛੇ ਹਰ ਸਭ ਉਭਾਰਿਆ। ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਨ ਹਾਰੈ ਮਾਰਿਆ। ਇਹ ਗੱਲ ਹੋਵੇ ਹਰ ਦਰ ਕੈ ਸੱਚੇ ਕੀ, ਜਨ ਨਾਨਕ ਅਗੰਮ ਵਿਚਾਰਿਆ ਪੌੜੀ। ਸੱਚ ਸੁੱਤਿਆਂ ਜਿਨੀ ਅਰਾਧਿਆ, ਜਾਂ ਉੱਠੇ ਤਾਂ ਸੱਚ ਚਵੇ। ਸੇ ਵੇਲੇ ਜੁਗ ਮੈਂ ਜਾਣੀਐ, ਜੋ ਗੁਰਮੁਖ ਸੱਚ ਰਵੇ। ਹੋਂ ਬਲਿਹਾਰੀ ਤਿੰਨ ਕੋ, ਜੇ ਅਣ ਦਿਨ ਸੱਚ ਲਵੇ। ਜਿਨ ਮਨ ਤਨ ਸੱਚਾ ਭਾਵਦਾ, ਸੇ ਸੱਚੀ ਦਰ ਕੈ ਗਵੇ। ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇਂ। ਸਲੋਕ ਮਹਿਲਾ ਚੌਥਾ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਣ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਸੇ ਪੂਰੇ ਪੁਰਖ ਪ੍ਰਧਾਨ। ਕਰਮੀ ਸਤਿਗੁਰ ਪਾਈਐ, ਅਣ ਦਿਨ ਲੱਗੈ ਧਿਆਨ। ਤਿਨ ਕੀ ਸੰਗਤ ਮਿਲ ਰਹਾ, ਦਰਗੈ ਭਾਈ ਮਾਣ। ਸੌਂਦੇ ਵਾਹੋ ਵਾਹ ਉਚਰੈ, ਉੱਠਦੇ ਪੀ ਵਾਹੋ ਕਰੇਨ।